ਗੁਰੂ ਪਿਆਰੀ ਸਤਸੰਗ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਬੜੀ ਅਪਾਰ ਬਖਸ਼ਿਸ਼ ਹੋਈ ਹੈ ਜੀ। ਜਪਜੀ ਸਾਹਿਬ ਜੀ ਦੇ ਸਭ ਤੋਂ ਪਹਿਲਾਂ ਮੂਲ ਮੰਤਰ ਦੀ ਸਾਂਝ ਆਪਾਂ ਪਾਈ ਸੀ ਜੀ, ਫਿਰ 38 ਪੌੜੀਆਂ। ਅੱਜ ਜੋ ਸਮਾਪਤੀ ਤੇ ਸਤਿਗੁਰਾਂ ਨੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਸਲੋਕ ਦੀ ਬਖਸ਼ਿਸ਼ ਕੀਤੀ ਹੈ ਉਹਦੀ ਵਿਚਾਰ ਸਾਂਝੀ ਕਰਨਾ ਵੀ ਆ। ਆਓ ਸਤਿਗੁਰੂ ਰਹਿਮਤ ਕਰਨ। ਇਹ ਜੋ ਅਥਾਹ ਬਾਣੀ ਸਤਿਗੁਰਾਂ ਦੀ ਜਪਜੀ ਸਾਹਿਬ, ਸਤਿਗੁਰੂ ਆਪ ਹੀ ਕਿਰਪਾ ਕਰਕੇ ਇਹਦੀ ਵਿਚਾਰ ਆਪ ਹੀ ਕਰਵਾ ਰਹੇ ਹੈ ਜੀ। ਅੱਜ ਸਲੋਕ ਹੁੰਦਾ ਜੀ, ਰਮਜੋ ਸਲੋਕ ਜਿੱਦਾਂ ਆਪਾਂ ਚੌਪਈ ਕਹਿ ਦਈਦਾ, ਦੋਹਰਾ ਕਹਿ ਦਈਦਾ, ਜਾਂ ਦਸਵੇਂ ਪਾਤਸ਼ਾਹ ਮਹਾਰਾਜ ਨੇ ਬੜੇ ਛੰਦ ਬਣਾਏ ਆ ਸਤਿਗੁਰਾਂ ਨੇ, ਜੋ ਦਸਵੇਂ ਗ੍ਰੰਥ ਸਾਹਿਬ ਜੀ ਦੀ ਬਾਣੀ ਬੜੀ ਦੀ ਪ੍ਰਿਅੰਗ ਪ੍ਰਿਆਤ ਛੰਦ ਆ ਜਾਂਦਾ। ਇਹ ਜਿੱਦਾਂ ਵੱਖਰੇ ਵੱਖਰੇ ਚੌਪਈ ਛੰਦ ਹੋ ਗਿਆ, ਭਜੰਗ ਪ੍ਰਿਆਤ ਛੰਦ ਹੋ ਗਿਆ, ਦੋਹਰਾ ਹੋ ਗਿਆ, ਇਹ ਵੀ ਸਲੋਕ ਹੈ, ਇਹ ਛੰਦ ਆ ਜੀ। ਸਤਿਗੁਰੂ ਜੀ ਆਰੰਭ ਤਾਂ ਕਰਦੇ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ। ਦੇਖੋ ਜੀ, ਇਹ ਤਿੰਨ ਚੀਜ਼ਾਂ ਜਿਹੜੀਆਂ ਆਪਾਂ ਨੂੰ ਜ਼ਰੂਰੀ ਸਾਂਭਣੀਆਂ ਚਾਹੀਦੀਆਂ ਸੀ। ਪਵਨ ਧਰਤ ਹੁੰਦਾ ਹਵਾ, ਹਵਾ ਪਾਣੀ ਤੇ ਧਰਤੀ। ਜੇ ਆਪਾਂ ਧਿਆਨ ਮਾਰੀਏ ਅਸੀਂ ਤਿੰਨਾਂ ਹੀ ਨਹੀਂ ਸਾਂਭੀਆਂ, ਸਾਂਭੀਆਂ ਨਹੀਂ ਤਿੰਨ, ਵਿਦੇਸ਼ਾਂ ਵਿੱਚ ਤਿੰਨਾਂ ਨੂੰ ਸਾਂਭਿਆ ਹੋਇਆ। ਸਤਿਗੁਰੂ ਕਹਿੰਦੇ ਪਵਨ ਗੁਰੂ, ਹਵਾ ਦਾ ਇੱਦਾਂ ਸਤਿਕਾਰ ਕਰੀਦਾ ਜਿੱਦਾਂ ਸਤਿਗੁਰਾਂ ਦਾ ਕਰੀਦਾ, ਇੱਦਾਂ ਕਰੀ ਹਵਾ ਦਾ ਸਤਿਕਾਰ। ਜੇ ਅਸੀਂ ਸਤਿਗੁਰਾਂ ਵਾਂਗੂ ਸਤਿਕਾਰ ਕਰਦੇ ਹੁੰਦੇ ਤੇ ਅੱਜ ਸਾਨੂੰ ਇਹ ਕਹਿਣ ਦੀ ਲੋੜ ਨਹੀਂ ਸੀ ਕਿ ਸਾਡੀ ਜਿਹੜੀ ਹਵਾ ਆ ਉਹ ਅਸ਼ੁੱਧ ਹੋ ਗਈ। ਜੇ ਅਸੀਂ ਹਵਾ ਦਾ ਸਤਿਗੁਰਾਂ ਵਾਂਗੂ ਸਤਿਕਾਰ ਕਰਦੇ ਹੁੰਦੇ ਨਾ ਪਿਆਰਿਓ, ਤੇ ਅਸੀਂ ਦਰਖਤਾਂ ਨੂੰ ਕੱਟਣ ਦੀ ਸੋਚ ਵੀ ਅੰਦਰ ਲਿਆ ਨਹੀਂ ਸੀ ਸਕਦੇ, ਕਿਉਂਕਿ ਪਤਾ ਇਹ ਹਵਾ ਨੂੰ ਸ਼ੁੱਧ ਦਰਖਤ ਕਰ ਸਕਦੇ ਆ। ਅਸੀਂ ਸਾਂਭਿਆ ਜੀ ਹਵਾ ਨੂੰ, ਨਹੀਂ, ਸਾਹ ਲੈਣਾ ਵੀ ਮੁਸ਼ਕਲ ਹੈ। ਆਉਣ ਵਾਲੇ ਸਮਿਆਂ ਵਿੱਚ ਆਪਾਂ ਨੂੰ ਵਿਗਿਆਨੀ ਦੱਸੀ ਜਾਂਦੇ ਕੀ ਹਾਲ ਹੋ ਸਕਦਾ। ਅੱਛਾ, ਬਾਹਰਲਿਆਂ ਨੇ ਸਾਂਭਿਆ, ਬਿਲਕੁਲ। ਯੂਰਪ ਕੰਟਰੀ ਦੇ ਵਿੱਚ ਜਦੋਂ ਇਹ ਗੱਲਾਂ ਖਰੀਦੀਆਂ ਇੱਦਾਂ ਦੀਆਂ, ਉਹਨਾਂ ਦੇ ਨਾਲ ਯੂਰਪ ਕੰਟਰੀ ਵਾਲਿਆਂ ਦੇ ਨਾਲ ਇਹ ਗੱਲਾਂ ਖਰੀਦੀਆਂ ਨਾ, ਉਹ ਕਹਿੰਦੇ ਜੀ ਅਸੀਂ ਆਪਣੀ ਮਰਜ਼ੀ ਨਾਲ ਦਰਖਤ ਪੱਟ ਹੀ ਨਹੀਂ ਸਕਦੇ ਭਾਵੇਂ ਘਰ ਵਿੱਚ ਲੱਗਾ। ਜੇ ਇੱਕ ਪੱਟਿਆ ਤੇ ਦੋ ਲਾਉਣੇ ਵੀ ਪੈਣੇ, ਆਖੋ ਸਾਧਨਾ ਸ਼੍ਰੀ ਵਾਹਿਗੁਰੂ, ਕਿੱਦਾਂ ਘੱਟ ਰਹੂਗੀ ਉੱਥੇ ਦਰਖਤਾਂ ਦੀ ਪੈਦਾਵਾਰ, ਕਿੱਦਾਂ ਘਟੇਗੀ, ਨਹੀਂ ਘਟਣੀ। ਦਰਖਤਾਂ ਦੀ ਪੈਦਾਵਾਰ ਨਾ ਘਟੀ ਤੇ ਹਵਾ ਆਪਣੇ ਆਪ ਹੀ ਸ਼ੁੱਧ ਹੈ। ਤੇ ਅਸੀਂ ਨਾ ਪਹਿਲਾਂ ਸੋਚਿਆ ਨਾ ਹੁਣ ਸੋਚ ਰਹੇ ਹਾਂ, ਤੇ ਜਿੱਦਾਂ ਦੇ ਹਾਲਾਤ ਆ ਮੇਰਾ ਖਿਆਲ ਅੱਗੇ ਵੀ ਨਹੀਂ ਸੋਚਣਾ ਸੀ, ਕੀਤਾ ਹੀ ਨਹੀਂ ਸਤਿਕਾਰ ਸਤਿਗੁਰਾਂ ਦਾ, ਹਵਾ ਦਾ ਅਸ਼ੁੱਧ ਕਰਕੇ ਰੱਖ। ਪਾਣੀ ਪਿਤਾ, ਇਹ ਪਾਣੀ ਦਾ ਇੱਦਾਂ ਸਤਿਕਾਰ ਕਰੀ ਜਿੱਦਾਂ ਆਪਣੇ ਪਿਤਾ ਦਾ ਕਰਦਾ, ਕੀਤਾ ਨਹੀਂ। ਹਾਲਾਤ ਕੀ ਹੋ ਗਏ, ਘਰ ਘਰ ਵਿੱਚ ਫਿਲਟਰ ਲੱਗੇ ਹੋਏ ਆ। ਗੰਧਲਾ ਪਾਣੀ ਹੋਇਆ ਆ, ਪੀਣ ਯੋਗ ਹੀ ਨਹੀਂ ਪਾਣੀ। ਮਾਲਵੇ ਦੇ ਕਾਫੀ ਇਲਾਕੇ ਦੇ ਵਿੱਚ ਪਾਣੀ ਤੋਂ ਕੈਂਸਰ ਦੀ ਬਿਮਾਰੀ ਲੱਗ ਰਹੀ ਹੈ, ਬਹੁਤ ਗਿਣਤੀ ਵੱਧ ਰਹੀ ਕੈਂਸਰ ਦੀ। ਅੱਛਾ ਜੀ, ਮਾਤਾ ਧਰਤ ਮਹੱਤ, ਮਹੱਤ ਦਾ ਅਰਥ ਹੁੰਦਾ ਵੱਡੀ ਵੱਡਾ। ਧਰਤੀ ਦਾ ਇੰਨਾ ਸਤਿਕਾਰ ਕਰੀ ਜਿੱਦਾਂ ਆਪਣੀ ਮਾਤਾ ਦਾ ਕਰਦਾ, ਉਦੋਂ ਵੀ ਵੱਧ ਕੇ ਵੱਡੀ ਮਾਂ ਵਾਂਗ ਅਸੀਂ ਕੀਤਾ ਨਹੀਂ, ਇਹ ਵੀ ਖਰਾਬ ਕਰਕੇ ਰੱਖਦੇ। ਦਵਾਈਆਂ ਦੇ ਇੰਨੇ ਛਿੜਕਾਅ ਕੀਤੇ, ਖਾਦਾਂ ਦੇ ਇੰਨੇ ਛਿੜਕਾਅ ਕੀਤੇ,
ਉੱਪਰਲੀ ਪਰਤ ਹੀ ਖਰਾਬ ਕਰਕੇ ਰੱਖਦੀ। ਸਤਿਗੁਰਾਂ ਨੇ ਸਾਨੂੰ ਸਮਝਾਇਆ ਪਿਆਰਿਆ ਤਿੰਨਾਂ ਚੀਜ਼ਾਂ ਨੂੰ ਸਾਂਭ। ਸਤਿਗੁਰੂ ਹੋਕਾ ਸਾਨੂੰ ਦੇ ਕੇ ਗਏ ਪਰ ਸੁਣ ਕਿਸੇ ਹੋਰ ਨਹੀਂ ਲਿਆ, ਅਸੀਂ ਗੋਲੇ ਬੈਠੇ ਰਹੇ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਗੋਰਿਆਂ ਨੂੰ ਪੁੱਛੀਏ ਪਿਆਰੇ ਤੁਸੀਂ ਕਿੰਨਾ ਚੀਜ਼ਾਂ ਨੂੰ ਸਾਂਭਿਆ, ਕਹਿੰਦੇ ਹਾਂ ਸਾਡਾ ਪਾਣੀ ਵੀ ਸ਼ੁੱਧ ਆ, ਸਾਡੇ ਇੱਥੇ ਹਵਾ ਵੀ ਸ਼ੁੱਧ ਆ, ਸਾਡੇ ਇੱਥੇ ਧਰਤੀ ਵੀ ਸਾਫ਼ ਆ। ਅਸੀਂ ਤਿੰਨੇ ਗੰਦਲੀਆਂ ਕਰ ਲਈਆਂ, ਸਤਿਗੁਰਾਂ ਦਾ ਉਪਦੇਸ਼ ਹੀ ਨਹੀਂ ਸੁਣਿਆ ਸੁਣਿਆ ਨਹੀਂ। ਅੱਛਾ ਇੱਕ ਹੋਰ ਤਰੀਕੇ ਨਾਲ ਸਮਝ ਲਈ, ਪਵਨ ਸਾਡੀ ਹਵਾ ਜਿਹੜੀ ਗੁਰੂ ਕਿਉਂ ਆ ਜੀ? ਇੱਕ ਵਾਰੀ ਕਹਿੰਦੇ ਜਾਣੀ ਜਿੰਨੇ ਆਪਣੇ ਇੰਦਰੇ ਆ ਨਾ, ਜਿੰਨੇ ਵੀ ਸਰੀਰ ਦੇ ਇੰਦਰੇ ਆ, ਇਹਨਾਂ ਦਾ ਝਗੜਾ ਹੋ ਗਿਆ ਸਮਝਣ ਵਾਸਤੇ ਜੀ ਗੱਲ। ਅੱਖਾਂ ਕਹਿਣ ਅਸੀਂ ਵੱਡੀਆਂ ਆ, ਕੰਨ ਕਹਿਣ ਅਸੀਂ ਵੱਡੇ ਆ, ਨੱਕ ਕਹੇ ਮੈਂ ਵੱਡਾ ਆ, ਇੰਦਰਿਆਂ ਦਾ ਹੋ ਗਿਆ ਝਗੜਾ। ਅੱਖਾਂ ਕਹਿਣ ਮੇਰੇ ਤੋਂ ਬਗੈਰ ਕੱਖ ਵੀ ਨਹੀਂ, ਨੱਕ ਕਵੇ ਮੇਰੇ ਤੋਂ ਬਗੈਰ ਕੱਖ ਨਹੀਂ, ਕੰਨ ਕਹਿਣ ਮੇਰੇ ਤੋਂ ਬਗੈਰ ਕੱਖ ਨਹੀਂ, ਸਾਰੇ ਇੰਦਰਿਆਂ ਦਾ ਝਗੜਾ ਹੋ ਗਿਆ। ਜੋ ਸਰੀਰ ਵਿੱਚ ਆਪਣੇ ਇੰਦਰ ਜਿੰਨੇ ਇੰਦਰ ਦੇਵ ਕੋਲ ਚਲ ਗਿਆ, ਕਹਿੰਦੇ ਤੁਸੀਂ ਫੈਸਲਾ ਕਰੋ ਸਾਡੇ ਚ ਵੱਡਾ ਕੌਣ ਆ, ਮਹਾਨ ਕੌਣ ਆ। ਇੰਦਰ ਦੇਵ ਕਹਿੰਦਾ ਕਿ ਮੈਂ ਤੇ ਨਹੀਂ ਫੈਸਲਾ ਕਰ ਸਕਦਾ, ਮੇਰੇ ਗੁਰਦੇਵ ਕਰਨਗੇ, ਗੁਰੂ ਬ੍ਰਹਿਸਪਤੀ ਜੀ ਉਹਨਾਂ ਕੋਲ ਚਲ ਗਏ। ਉਹ ਕਹਿੰਦੇ ਵੀ ਪੈਦਾ ਕਰਨ ਵਾਲੇ ਬ੍ਰਹਮਾ ਜੀ ਆ, ਸ੍ਰਿਸ਼ਟੀ ਦੀ ਉਤਪਤੀ ਕਰਨ ਵਾਲੇ, ਜਿਹਨਾਂ ਨੇ ਸ੍ਰਿਸ਼ਟੀ ਦੀ ਉਤਪਤੀ ਕੀਤੀ ਆ, ਤੁਹਾਨੂੰ ਪੈਦਾ ਕੀਤਾ, ਉਹਨਾਂ ਨੂੰ ਜਾ ਕੇ ਪੁੱਛਦੇ ਆਓ ਚੱਲੀਏ। ਬ੍ਰਹਮਾ ਜੀ ਦੇ ਕੋਲ ਗਏ ਜੀ, ਜਾ ਕੇ ਪੁੱਛ ਰਹੇ ਕਹਿੰਦੇ ਸਾਡੇ ਚੋਂ ਵੱਡਾ ਕੌਣ ਆ। ਬ੍ਰਹਮਾ ਜੀ ਕਹਿੰਦੇ ਵੀ ਜਿਹਦਾ ਕਰਕੇ ਸਰੀਰ ਦੀ ਸੱਤਿਆ ਹੀ ਖਤਮ ਹੋ ਜਾਵੇ ਉਹ ਵੱਡਾ, ਜਿਹਦਾ ਕਰਕੇ ਤੁਹਾਡਾ ਸਰੀਰ ਇਹ ਕਹਿ ਦੇਵੇ ਕਿ ਹੁਣ ਵਸਿਆ ਮੇਰੇ ਉਹ ਵੱਡਾ। ਕਹਿੰਦੇ ਜੀ ਪਤਾ ਕਿੱਦਾਂ ਲੱਗੇ? ਕਹਿੰਦੇ ਕੱਲੇ ਕੱਲੇ ਬਾਹਰ ਨਿਕਲਣੇ ਸ਼ੁਰੂ ਹੋ ਜਾਓ। ਸਰੀਰ ਨੂੰ ਅੱਖਾਂ ਨੇ ਛੱਡ ਦਿੱਤਾ, ਇਨਸਾਨ ਹੋ ਗਿਆ ਅੰਨਾ, ਮਨੁੱਖ ਹੋ ਗਿਆ ਅੰਨਾ। ਪਰ ਮਨੁੱਖ ਨੇ ਇਹ ਨਹੀਂ ਕਿਹਾ ਕਿ ਮੈਂ ਮਰ ਚੱਲਿਆ। ਨੱਕ ਇੰਦਰਾ ਜਿਹੜਾ ਬਾਹਰ ਨਿਕਲ ਗਿਆ, ਸੁਗੰਧੀ ਦੁਰਗੰਧੀ ਜਿਹੜੀ ਆ ਉਹ ਅਣ ਹਟ ਗਈ। ਇਹ ਪਛਾਣ ਕਰਦਾ ਨਾ ਨੱਕ ਸੁਗੰਧੀ ਦੀ ਦੁਰਗੰਧੀ ਦੀ। ਸਰੀਰ ਨੇ ਕਿਹਾ ਨਹੀਂ ਕਿ ਮੈਂ ਮਰ ਚੱਲਿਆ। ਜਵਾਨ ਇੰਦਰਾ ਜਿਹੜਾ ਉਹ ਬਾਹਰ, ਰਸਨਾ ਜਿਹੜੀ ਸਾਡੀ ਜੀਵ ਆ ਇਹ ਬਾਹਰ ਨਿਕਲ ਗਈ, ਪਰੇ ਹੋ ਗਿਆ, ਇਨਸਾਨ ਗੁੰਗਾ ਹੋ ਗਿਆ। ਪਰ ਸਰੀਰ ਨੇ ਇਹ ਆਵਾਜ਼ ਨਹੀਂ ਦਿੱਤੀ ਕਿ ਮੈਂ ਮਰ ਚੱਲਿਆ। ਅੜੇ ਕੰਨ ਇੰਦਰੇ ਬਾਹਰ ਹੋ ਗਏ, ਆਵਾਜ਼ ਖਤਮ ਹੋ ਗਈ। ਸਰੀਰ ਨੇ ਇਹ ਨਹੀਂ ਕਿਹਾ ਕਿ ਮੈਂ ਮਰ ਚੱਲਿਆ। ਲੰਗੜਾ ਹੋ ਗਿਆ, ਲੂਲਾ ਹੋ ਗਿਆ, ਇਨਸਾਨ ਅੰਨਾ ਹੋ ਗਿਆ, ਗੁੰਗਾ ਹੋ ਗਿਆ, ਬੋਲਾ ਹੋ ਗਿਆ, ਸਾਰੇ ਇੰਦਰੇ ਪਰੇ ਹੋ ਗਏ। ਪਰ ਸਰੀਰ ਨੇ ਇਹ ਨਹੀਂ ਕਿਹਾ ਮੈਂ ਮਰ ਚੱਲਿਆ। ਤੇ ਜਦੋਂ ਪਵਨ ਇੰਦਰਾ ਹਵਾ ਸਾਹ ਸਾਡੇ ਇਹ ਜਦੋਂ ਬੰਦੇ ਨੂੰ ਛੱਡ ਕੇ ਪਰੇ ਹੋਣ ਲੱਗੇ ਤੇ ਨਾਲ ਹੀ ਕੰਬਣਾ ਸ਼ੁਰੂ ਹੋ ਗਿਆ। ਸਰੀਰ ਕਹਿੰਦੇ ਉਹ ਮੈਂ ਮਰ ਚੱਲਿਆ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਮੈਂ ਮਰ ਚੱਲਿਆ ਜਦੋਂ ਹਵਾ ਨਿਕਲਣ ਲੱਗੀ, ਅੰਦਰ ਸਾਹ ਨਿਕਲਣ ਲੱਗੇ। ਬ੍ਰਹਮਾ ਜੀ ਕਹਿੰਦੇ ਬਸ 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 ਆ ਸਵਾਸ ਨਹੀਂ ਨਿਕਲਣੀ ਚਾਹੀਦੀ। ਸਾਰੇ ਇੰਦਰੇ ਵਾਪਸ ਆ ਗਏ, ਹੁਣ ਸਰੀਰ ਬਿਲਕੁਲ ਫੇਰ ਸਹੀ ਆ। ਕਹਿੰਦੇ ਹੁਣ ਆ ਜਿਹੜੇ ਸਵਾਸ ਹੁਣ ਨਿਕਲ ਕੇ ਦੇਖੋਗੇ, ਜੋ ਨਿਕਲਣ ਲੱਗੇ ਫੇਰ ਸਰੀਰ ਨੇ ਆਵਾਜ਼ ਮਾਰੀ ਭਾਵੇਂ ਉਹ ਮੇਰੇ ਕੋਲ ਸਭ ਕੁਛ ਆ, ਮੈਂ ਮਰ ਚੱਲਿਆ ਇਹ ਤੋਂ ਬਗੈਰ। ਬ੍ਰਹਮਾ ਜੀ ਕਹਿੰਦੇ ਵੀ ਹੁਣ ਮੈਨੂੰ ਤੇ ਫੈਸਲਾ ਕਰਨ ਦੀ ਲੋੜ ਹੀ ਨਹੀਂ, ਪਤਾ ਹੀ ਲੱਗ ਗਿਆ ਹੁਣ ਤੁਹਾਡੇ ਵਿੱਚੋਂ ਇੰਦਰਾ ਵੱਡਾ ਕਿਹੜਾ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਤੁਹਾਡੇ ਵਿੱਚੋਂ ਵੱਡਾ ਕੌਣ? ਪ੍ਰਾਣ, ਹਵਾ, ਸਵਾਸ, ਪਵਨ, ਗੁਰੂ, ਇਹ ਹੈਡ ਆ। ਅੱਖਾਂ ਚਲ ਜਾਣ ਬੰਦਾ ਜਿਉਂਦਾ ਆ, ਜੀਵ ਚਲ ਜਾਵੇ ਬੰਦਾ ਜਿਉਂਦਾ, ਕੰਨ ਚਲ ਜਾਣ ਬੰਦਾ ਜਿਉਂਦਾ, ਹੱਥ ਵੱਢ ਹੋ ਜਾਣ ਬੰਦਾ ਜਿਉਂਦਾ, ਪੈਰ ਵੱਢ ਹੋ ਜਾਣ ਬੰਦਾ ਜਿਉਂਦਾ,
ਬਾਹਾਂ ਨਾ ਰਹਿਣ ਬੰਦਾ ਜਿਉਂਦਾ, ਲੱਤਾਂ ਨਾ ਰਹਿਣ ਬੰਦਾ ਜਿਉਂਦਾ, ਸਵਾਸ ਨਾ ਰਹਿਣ ਬੰਦਾ ਨਹੀਂ ਜਿਉਂਦਾ। ਮੁੱਖ ਹੈ ਜੀ ਸਾਰੇ ਪ੍ਰਾਣਾ ਸਾਰੇ ਇੰਦਰੀਆਂ ਦੇ ਵਿੱਚ ਪਾਣੀ ਪਿਤਾ। ਪਹਿਲਾ ਪਾਣੀ ਜੀਵ ਹੈ, ਜਿੱਤ ਹਰਿਆ ਸਭ ਕੋਈ। ਆ ਸਾਡਾ ਜਿਹੜਾ ਸਰੀਰ ਹੈ ਨਾ, ਜਾਂ ਅਸੀਂ ਕੋਈ ਫਸਲ ਦੇਖਦੇ ਹਾਂ ਸਬਜ਼ੀਆਂ ਦੇ, ਤੇ ਉਹ ਹਰੀਆਂ ਭਰੀਆਂ ਕਿੱਦਾਂ ਆ? ਪਾਣੀ ਕਰਕੇ। ਸਾਡੇ ਚਿਹਰੇ ਤੇ ਕੋਈ ਨੂਰ ਆ, ਖੇੜਾ ਆ, ਕਿਉਂ ਆ? ਪਾਣੀ ਕਰਕੇ। ਡਾਕਟਰ ਕਹਿੰਦੇ ਨਾ ਤੇਰੇ ਅੰਦਰ ਪਾਣੀ ਘੱਟ ਗਿਆ, ਬਈ ਘਾਟ ਆ ਗਈ ਪਾਣੀ ਦੀ, ਨਾਲ ਹੀ ਗੁੱਲੂ ਚੜਾ ਹੋਏ। ਪਹਿਲਾ ਪਾਣੀ ਜੀਓ ਹੈ, ਪਾਣੀ ਮੈਲਾ ਮਾਟੀ ਗੋਰੀ, ਇਸ ਮਾਟੀ ਕੀ ਪੁੱਤਰੀ ਜੋ। ਪਾਣੀ ਪਿਤਾ ਹੈ ਜਗਤ ਕਾ, ਫਿਰ ਪਾਣੀ ਸਭ ਖਾਏ। ਅੱਛਾ ਜੀ, ਮਾਤਾ ਧਰਤ ਮਹੱਤ, ਵੱਡੀ ਮਾਂ ਕੌਣ ਆ ਜੀ ਧਰਤ? ਅੱਛਾ, ਇਹਨੂੰ ਵੱਡੀ ਮਾਂ ਕਿਉਂ ਕਿਹਾ ਜੀ? ਮਾਂ ਜਦੋਂ ਬੱਚੇ ਨੂੰ ਜਨਮ ਦਿੰਦੀ ਹੈ ਨਾ, ਉਹਦਾ ਮਲ ਮੂਤਰ ਸਾਰਾ ਹੀ ਸਾਫ਼ ਰੱਖਦੀ ਹੈ, ਤੇ ਉਹ ਆਪਣੀ ਝੋਲੀ ਵਿੱਚ ਨਹੀਂ ਪਾਉਂਦੀ ਮਾਂ ਜਿਹਨੇ ਬੱਚੇ ਨੂੰ ਜਨਮ ਦਿੱਤਾ, ਉਹ ਧਰਤੀ ਤੇ ਸੁੱਟਦੀ ਆ। ਤੇ ਧਰਤੀ ਨੇ ਅੱਜ ਤੱਕ ਨਹੀਂ ਕਿਹਾ ਕਿ ਮੇਰੀ ਝੋਲੀ ਵਿੱਚ ਕਿਉਂ ਪਾਇਆ? ਆਖੋ ਸਤਨਾਮ ਸ੍ਰੀ ਵਾਹਿਗੁਰੂ। ਅੱਛਾ, ਇਦੋਂ ਅੱਗੇ ਥੋੜ੍ਹਾ ਜਿਹਾ ਹੋਰ ਸੋਚੀਏ, ਜਦੋਂ ਬੱਚਾ ਥੋੜ੍ਹਾ ਜਿਹਾ ਵੱਡਾ ਹੋ ਜਾਂਦਾ, ਜਿੰਨੀ ਕੁ ਉਮਰ ਵਿੱਚ ਬੱਚੇ ਨੂੰ ਪਤਾ ਲੱਗ ਜਾਂਦਾ ਕਿ ਮੈਨੂੰ ਹੁਣ ਕਿਰਿਆ ਆਪਣੀ ਆਪ ਸਾਂਭਣੀ ਚਾਹੀਦੀ ਆ, ਤੇ ਜੇ ਮਾਂ ਦੀ ਗੋਦੀ ਵਿੱਚ ਬੈਠਾ ਫਿਰ ਵੀ ਆਪਣੀ ਕਿਰਿਆ ਨੂੰ ਸਾਂਭੇ ਨਾ, ਮਲ ਮੂਤਰ ਉੱਪਰ ਹੀ ਕਰ ਦੇਵੇ, ਤੇ ਮਾਂ ਤਾਨੇ ਦੇਣ ਲੱਗ ਪੈਂਦੀ, ਹੁਣ ਤੈਨੂੰ ਸ਼ਰਮ ਨਹੀਂ ਆਉਂਦੀ? ਕਿੱਡਾ ਵੱਡਾ ਹੋ ਗਿਆ ਤੂੰ, ਤੈਨੂੰ ਪਤਾ ਨਹੀਂ ਲੱਗਦਾ, ਆਪਣੇ ਆਪ ਤੈਨੂੰ ਸਮਝ ਨਹੀਂ ਆਉਂਦੀ, ਤੂੰ ਉੱਠ ਕੇ ਆਪ ਜਾ ਨਹੀਂ ਸਕਦਾ। ਲੈ ਧਰਤੀ ਮਾਂ ਇਸ ਕਰਕੇ ਵੱਡੀ ਆ, ਅਸੀਂ ਭਾਵੇਂ 100 ਸਾਲ ਦੇ ਹੋ ਜਾਈਏ, ਉਹ ਨਹੀਂ ਕਹਿੰਦੀ ਤੂੰ ਵੱਡਾ ਹੋ ਗਿਆ, ਤੈਨੂੰ ਸ਼ਰਮ ਨਹੀਂ ਆਉਂਦੀ, ਉਹ ਨਹੀਂ ਕਹਿੰਦੀ, ਕਹਿੰਦੀ ਨਹੀਂ ਕਦੇ, ਫਿਰ ਵੱਡੀ ਹੋਈ ਨਾ। ਅੱਛਾ ਜੀ, ਬੱਚਾ ਵਿਆਹ ਹੋ ਗਿਆ, ਜਵਾਨ ਹੋ ਗਿਆ, ਵਿਆਹ ਹੋ ਗਿਆ, ਸਾਡੀ ਮਾਂ ਸਾਨੂੰ ਕਹਿ ਸਕਦੀ ਸਾਰੀ ਉਮਰ ਤੈਨੂੰ ਪਾਲਿਆ, ਲੈ ਹੁਣ ਆਪੀ ਖੱਟ ਤੇ ਆਪੀ ਖਾ, ਤੇ ਨਾਲੇ ਸਾਨੂੰ ਵੀ ਖਵਾ। ਧਰਤੀ ਮਾਂ ਨਹੀਂ ਕਹਿ ਸਕਦੀ ਇਹ ਗੱਲ, ਜਨਮ ਤੋਂ ਲੈ ਕੇ ਸਾਡੇ ਮਰਨ ਤੱਕ ਆਪਣੇ ਅੰਦਰੋਂ ਸਾਨੂੰ ਪਦਾਰਥ ਪੈਦਾ ਕਰ ਕਰ ਦੇਈ ਜਾਂਦੀ, ਕਦੀ ਦਾਲਾਂ ਦੇ ਰੂਪ ਵਿੱਚ, ਕਦੀ ਸਬਜ਼ੀਆਂ ਦੇ ਰੂਪ ਵਿੱਚ, ਕਦੀ ਕਿਸੇ ਰੂਪ ਵਿੱਚ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਦੇਖੋ ਖੇਡਾਂ ਬਣੀਆਂ ਕੈਸੀਆਂ ਆ। ਅੱਛਾ, ਇਹ ਹੋ ਗਿਆ ਨਾ ਜੀ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਦਿਵਸ ਰਾਤ ਦੋਏ ਦਾਈ ਦਾਇਆ। ਦਾਈ ਕਹਿੰਦੇ ਆ ਖੇਡਾਂ ਦੀ ਨੂੰ, ਜਿੱਦਾਂ ਅੱਜ ਕੱਲ੍ਹ ਤੇ ਹੁਣ ਬਹੁਤਾ ਰਿਵਾਜ ਹੈ ਨਾ, ਤੀਵੀਂ ਆਦਮੀ ਪਤੀ ਪਤਨੀ ਕੰਮ ਤੇ ਗਏ ਆ, ਪਿੱਛੇ ਇੱਕ ਦਾਈ ਰੱਖੀ ਹੋਈ ਆ, ਖਿਡਾਰੀ ਰੱਖੀ ਆ, ਸਪੈਸ਼ਲ ਕੋਰਸ ਹੁੰਦੇ ਆ ਉਹਨੇ ਬੱਚੇ ਨੂੰ ਸਾਂਭਣ ਦੇ। ਦਾਈ ਕਹਿੰਦੇ ਆ ਖਿਡਾਵੀ ਖਿਡਾਵੀ ਨੂੰ, ਤੇ ਦਾਇਆ ਕਹਿੰਦੇ ਖਿਡਾਵੇ ਨੂੰ। ਜਿੱਦਾਂ ਕਹਿੰਦੇ ਦਾਈ ਤੇ ਦਾਇਆ, ਖਿਡਾਵੀ ਤੇ ਖਿਡਾਵਾ ਬੱਚੇ ਨੂੰ ਖਿਡਾਉਂਦੇ ਆ, ਇੱਦਾਂ ਰੱਬ ਨੇ ਸਾਡੇ ਲਈ ਦਿਨ ਤੇ ਰਾਤ ਬਣਾਤਾ, ਦਿਵਸ ਦਿਨ ਰਾਤ, ਇਹ ਦੋਨੇ ਹੀ ਇਹ ਸਾਡੇ ਖਿਡਾਵੀ ਤੇ ਖਿਡਾਵੇ ਆ। ਜਿੱਦਾਂ ਰਾਤ ਨੂੰ ਦਾਈ ਜਿਹੜੀ ਖਿਡਾਵੀ ਆ ਬੱਚੇ ਨੂੰ ਸਲਾਉਂਦੀ ਆ, ਸਵਾਉਂਦੀ ਆ ਨਾ, ਇੱਦਾਂ ਹੀ ਰਾਤ ਸਾਨੂੰ ਸਲਾ ਦਿੰਦੀ ਆ। ਜਿੱਦਾਂ ਦਿਨੇ ਖਿਡਾਵਾ ਬੱਚੇ ਨੂੰ ਖਿਡਾਉਂਦਾ ਆ, ਤੇ ਸਾਨੂੰ ਜਿਹੜਾ ਦਿਨ ਆ ਇਹ ਕਾਰਾਂ ਵਿਹਾਰਾਂ ਵਿੱਚ ਖਿਡਾਈ ਹੀ ਜਾਂਦਾ, ਸਾਨੂੰ ਨੱਚੀ ਟਪਾਈ ਹੀ ਜਾਂਦਾ, ਕਦੀ ਕਿਸੇ ਕਾਰੋਬਾਰ ਵਿੱਚ ਉੱਧਰ ਨੂੰ ਭੱਜਦੇ ਨੱਚਦੇ ਟੱਪਦੇ, ਕਦੀ ਕਿਸੇ ਪਾਸੇ ਖੇਲੇ ਸਗਲੇ ਜਗਤ। ਲੈ ਏਸੀ ਖੇਡਾਂ ਦੇ ਮੈਂ ਸਾਰਾ ਜਗਤ ਖੇਡਦਾ ਹੀ ਫਿਰਦਾ, ਦਿਨ ਤੇ ਰਾਤ ਖਿਡਾਵੀ ਖਿਡਾਵੇ ਬਣੇ ਆ, ਤੇ ਸਾਨੂੰ ਨਚਾਈ ਟਪਾਈ ਜਾਂਦੀ। ਅੱਛਾ ਜੀ, ਸੰਸਾਰ ਤੇ ਅਸੀਂ ਆਏ ਹਾਂ, ਸਾਡੇ ਵਾਸਤੇ ਬੜਾ ਪ੍ਰਬੰਧ ਕੀਤਾ ਅਕਾਲ ਪੁਰਖ ਨੇ, ਵੀ ਤੈਨੂੰ ਇਸ ਚੀਜ਼ ਦੀ ਵੀ ਜ਼ਰੂਰਤ ਆ, ਤੇਰੇ ਲਈ ਪਹਿਲਾਂ ਮੈਂ ਇਹ ਤਿਆਰ ਕਰਾਂ, ਤੇਰੇ ਲਈ ਇਸ ਚੀਜ਼ ਦੀ ਵੀ ਜ਼ਰੂਰਤ ਆ, ਇਹ ਵੀ ਤਿਆਰ ਕਰਾਂ, ਹੁਣ ਵੀ ਤੇਰੇ ਲਈ ਪ੍ਰਬੰਧ ਸਾਰਾ ਹੀ ਕੀਤਾ ਆ, ਫਿਰ ਤੈਨੂੰ ਭੇਜਿਆ ਸੰਸਾਰ ਤੇ, ਹੁਣ ਤੂੰ ਕਿੱਦਾਂ ਦੇ ਕੰਮ ਕਰਦਾ, ਤੈਨੂੰ ਓਦਾਂ ਦੀ ਸਜ਼ਾ ਓਦਾਂ ਦਾ ਫਲ ਤੇ ਮਿਲਣਾ ਬਈ। ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਦੂਰ,
ਧਰਮ ਰਾਜੇ ਦੇ ਕੋਲ, ਧਰਮ ਅਦੂਰ ਉਹਦੇ ਕੋਲ ਜਾ ਕੇ ਜਦੋਂ ਅੰਤ ਹੁੰਦਾ ਸਾਡਾ, ਤੇ ਫਿਰ ਚੰਗਿਆਈਆਂ ਕਿੰਨੀਆਂ ਕੀਤੀਆਂ ਤੇ ਬੁਰਿਆਈਆਂ ਕਿੰਨੀਆਂ ਕੀਤੀਆਂ ਉਹਦਾ ਸਾਰਾ ਹੀ ਲੇਖਾ ਜੋਖਾ ਹੋਣਾ, ਸਾਰਾ ਹੀ। ਕਰਮੀ ਆਪੋ ਆਪਣੀ, ਹਰ ਇੱਕ ਆਪੋ ਆਪਣੇ ਕਰਮ ਆਪਣੇ ਤਰੀਕੇ ਦੇ ਨਾਲ ਕਮਾ ਕੇ ਜਾਂਦਾ, ਕਿ ਨੇੜਾ ਹੈ ਕਿ ਦੂਰ। ਜਿਹਨੇ ਚੰਗੇ ਕੀਤੇ ਆ ਉਹ ਕੋਲ ਆ ਜਾਂਦਾ ਆਪਣੇ ਪਿਆਰਿਆਂ ਦੇ, ਜਿਹਨੇ ਮਾੜੇ ਕੀਤੇ ਆ ਉਹ ਦੂਰ ਚਲਿਆ ਜਾਂਦਾ, ਉਹ ਦੂਰ ਹੋ ਜਾਂਦਾ। ਜਿਹੜਾ ਚੰਗੇ ਕਰਦਾ ਆ ਉਹ ਅਕਾਲ ਪੁਰਖ ਪਰਮੇਸ਼ਰ ਦੇ ਕੋਲ ਲਾਗੇ ਆ ਕੇ ਬਹਿ ਜਾਂਦਾ, ਪਿਆਰ ਪਾਉਂਦਾ ਕਿ ਪਿਆਰਿਆ ਹਾਂ ਤੂੰ ਮੇਰੇ ਕਹਿਣੇ ਵਿੱਚ ਚੱਲਿਆ, ਤੈਨੂੰ ਇੱਕ ਸਫ਼ਰ ਦਿੱਤਾ ਸੀ ਵੀ ਇੱਦਾਂ ਘੁੰਮ ਕੇ ਆਉਣਾ, ਭਾਵ ਕਿ ਸੰਸਾਰ ਵਿੱਚ ਇੰਨਾ ਚਿਰ ਰਹਿ ਕੇ ਆਉਣਾ, ਤੂੰ ਸਫ਼ਰ ਉਸ ਤਰੀਕੇ ਨਾਲ ਹੀ ਕੀਤਾ ਜਿੱਦਾਂ ਮੈਂ ਸਮਝਾਇਆ ਸੀ। ਆ ਦੂਸਰੇ ਨੇ ਤੇ ਭੁਲਾ ਹੀ ਦਿੱਤਾ, ਜਿੱਦਾਂ ਮਹਾਂਪੁਰਖ ਸੀ ਨਾ ਦੋ ਚੇਲੇ, ਮੈਂ ਸ਼ਾਇਦ ਜਪਜੀ ਸਾਹਿਬ ਦੇ ਵਿੱਚ ਪਹਿਲਾਂ ਸਾਖੀ ਸੁਣਾਈ ਹੋਵੇ ਪੌੜੀਆਂ ਦੇ ਵਿੱਚ, ਹੁਣ ਦੋਨਾਂ ਚੋਂ ਇੱਕ ਨੂੰ ਗੱਦੀ ਦੇਣੀ ਆ, ਸਮਾਂ ਆ ਗਿਆ ਅੰਤ ਮਹਾਂਪੁਰਖਾਂ ਦਾ, ਦੋਨਾਂ ਨੂੰ ਪੰਛੀਆਂ ਦੇ ਬੱਚੇ ਦਿੱਤੇ, ਬਈ ਉੱਥੇ ਮਾਰਿਓ ਜਿੱਥੇ ਕੋਈ ਨਾ ਦੇਖੇ। ਇੱਕ ਗਿਆ ਉਹ ਝਾੜੀਆਂ ਦੇ ਉਹਲੇ ਜੇ ਹੋ ਕੇ, ਉਹਨੇ ਦੇਖਿਆ ਹੁਣ ਕੋਈ ਨਹੀਂ ਦੇਖਦਾ, ਧੌਣ ਮਰੋੜ ਕੇ ਲੈ ਆਇਆ। ਦੂਸਰਾ ਗਿਆ ਕਈ ਦਿਨਾਂ ਬਾਅਦ ਵਾਪਸ ਮੁੜਿਆ ਤੇ ਜਿਉਂਦੇ ਪੰਛੀ ਨੂੰ ਲੈ ਆਇਆ ਵਾਪਸ। ਮੈਂ ਪੰਛੀ ਪਤਾ ਕਿਉਂ ਕਹਿ ਰਿਹਾ ਹੈ, ਕਿਉਂ ਕੋਈ ਕਹਿ ਦਿੰਦਾ ਕਬੂਤਰਾਂ ਦਾ ਜੋੜਾ, ਕੋਈ ਕਹਿੰਦਾ ਤੋਤਿਆਂ ਦਾ ਜੋੜਾ, ਕੋਈ ਕਹਿੰਦਾ ਘੁੱਗੀਆਂ ਦਾ ਜੋੜਾ, ਇਹ ਚੱਕਰਾਂ 'ਚ ਕਿਉਂ ਪੈਣਾ? ਪੰਛੀਆਂ ਦਾ ਸੀ ਕੋਈ ਜੋੜਾ, ਹੈ ਤੇ ਪੰਛੀ ਸੀ, ਉਹ ਜਿਉਂਦੇ ਲੈ ਆਏ ਵਾਪਸ। ਮਹਾਂਪੁਰ ਕਹਿਣ ਲੱਗੇ ਪਿਆਰਿਆ ਤੂੰ ਦਿਨ ਵੀ ਇੰਨੇ ਲਾ ਤੇ ਲੈ ਵੀ ਜਿਉਂਦੇ ਨੂੰ ਆਇਆ। ਕਹਿੰਦਾ ਜੀ ਮੈਂ ਬੜੀ ਦੂਰ ਤੱਕ ਗਿਆ, ਪਹਾੜਾਂ ਤੱਕ ਗਿਆ, ਚੋਟੀਆਂ ਤੱਕ, ਪਹਾੜਾਂ ਦੀਆਂ ਸੁਰੰਗਾਂ ਵਿੱਚ ਗਿਆ, ਘੋਰ ਜੰਗਲਾਂ ਦੇ ਵਿੱਚ ਗਿਆ, ਮੈਨੂੰ ਕੋਈ ਐਸੀ ਥਾਂ ਹੀ ਨਹੀਂ ਲੱਭੀ ਜੀ ਜਿੱਥੇ ਕੋਈ ਦੇਖਦਾ ਨਾ ਹੋਵੇ। ਕਹਿੰਦੇ ਕੌਣ ਦੇਖਦਾ ਜੀ ਤੈਨੂੰ? ਕਹਿੰਦੇ ਜੀ ਪਹਿਲੀ ਗੱਲ ਤਾਂ ਇਹੀ ਦੇਖ ਰਿਹਾ ਸੀ ਪੰਛੀ ਮੈਨੂੰ, ਦੂਜੀ ਗੱਲ ਰੱਬ ਸਾਰੇ ਥਾਵਾਂ ਤੇ ਦੇਖਦਾ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਹੁਣ ਕਰਮ ਆਪੋ ਆਪਣੇ ਤਰੀਕੇ ਦੇ ਨਾਲ ਕਮਾਏ ਨਾ, ਸੋਚ ਆਪੋ ਆਪਣੀ ਸੀ, ਸੋਚ ਅਨੁਸਾਰ ਵਧੀਆ ਕੌਣ ਸੀ? ਜਿਹੜਾ ਜਿਉਂਦੇ ਪੰਛੀ ਨੂੰ ਲੈ ਆਇਆ ਤੇ ਮਹਾਂਪੁਰਖਾਂ ਨੇ ਉਹਨੂੰ ਗੱਦੀ ਤੇ ਬਿਠਾ ਦਿੱਤਾ, ਹੁਣ ਲਾਗੇ ਕੌਣ ਹੋਇਆ ਮਹਾਂਪੁਰਖਾਂ ਦੇ? ਜਿਹੜਾ ਜਿਉਂਦੇ ਪੰਛੀ ਨੂੰ ਲੈ ਆਇਆ। ਦੂਰ ਕੌਣ ਹੋ ਗਿਆ? ਜਿਹੜਾ ਧੌਣ ਮਰੋੜ ਕੇ ਲਾਗੇ ਨੇ ਲੈ ਆਇਆ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਸਾਡੀ ਸੋਚ ਹੀ ਆ ਨਾ ਸਾਨੂੰ ਦੂਰ ਕਰ ਦਿੰਦੀ, ਸਾਡੀ ਸੋਚ ਹੀ ਨੇੜੇ ਲੈ ਆਉਂਦੀ। ਉਹਦੀ ਸੋਚ ਸੀ ਕੋਈ ਵੀ ਦੇਖਦਾ ਝਾੜੀਆਂ ਦੇ ਉਹਲੇ, ਉਸੇ ਸੋਚ ਨੇ ਉਹਨੂੰ ਦੂਰ ਕਰਤਾ, ਪਰੇ ਕਰ ਦਿੱਤਾ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਜਿਨੀ ਨਾਮ ਧਿਆਇਆ, ਜਿਹਨਾਂ ਨੇ ਨਾਮ ਨੂੰ ਧਿਆਇਆ, ਨਾਮ ਨੂੰ ਜਪਿਆ, ਗਏ ਮੁਸ਼ਕਤ ਘਾਲ। ਮੁਸ਼ਕਤ ਕਹਿੰਦੇ ਆ ਜੀ ਮਿਹਨਤ ਨੂੰ, ਮਿਹਨਤ ਘਾਲ ਕਮਾਈ ਕਰਕੇ ਗਏ ਇੱਥੋਂ ਜੀ, ਕਮਾ ਕੇ ਗਏ ਆ। ਮੁਸ਼ਕਤ ਲਹੋ ਮਜੂਰੀ ਆ, ਮੰਗ ਮੰਗ ਖਸਮ ਦਰਾਹੋ। ਮਿਹਨਤ ਆ ਗਈ ਨਾ ਮੁਸ਼ਕਤ, ਜਿਹਨਾਂ ਨੇ ਨਾਮ ਨੂੰ ਧਿਆਇਆ, ਜਿਹੜੇ ਇੱਦਾਂ ਦੀ ਮਿਹਨਤ ਕਰਕੇ ਗਏ ਆ, ਸਤਿਗੁਰੂ ਜੀ ਉਹਨਾਂ ਦੇ ਬਾਰੇ ਦੱਸ ਰਹੇ ਆ, ਸਾਨੂੰ ਸੋਝੀ ਬਖਸ਼ਿਸ਼ ਕਰ ਰਹੇ ਆ। ਨਾਨਕ ਤੇ ਮੁੱਖ ਉਜਲੇ ਖੇਤੀ ਛੁੱਟੀ ਨਾ। ਮਹਾਰਾਜ ਜੀ ਕਹਿੰਦੇ ਉਹਨਾਂ ਦੇ ਮੁੱਖ ਉਜਲੇ ਖਿੜੇ ਹੋਏ ਹੁੰਦੇ ਜਦੋਂ ਦਰਗਾਹ ਜਾਂਦੇ ਆ, ਉਹ ਜਿਉਂਦੇ ਖਿੜੇ ਆ ਜੀ ਖੇਤੀ ਛੁੱਟੀ ਨਾ। ਉਹ ਨਾਲਦਿਆਂ ਨੂੰ ਵੀ ਛਡਾ ਲੈਂਦੇ ਆ ਜਿਹੜੇ ਉਹਨਾਂ ਦੀ ਸੰਗਤ ਕਰਨ ਵਾਲੇ ਆ। ਤੁਲਸਾਂ ਦਾਸੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਸੇਵਾ ਕਰਦੀ ਹੁੰਦੀ ਸੀ, ਸਤਿਗੁਰੂ ਜੀ ਅੰਦਰ ਆਰਾਮ ਕਰ ਰਹੇ, ਸੁੱਤੇ ਨਹੀਂ ਕਹਿ ਸਕਦੇ ਗੁਰੂ ਨਾਨਕ ਪਾਤਸ਼ਾਹ ਜੀ, ਜੇ ਗੁਰੂ ਸੌਂ ਗਿਆ ਅਸੀਂ ਕਿੱਦਾਂ ਜਾਗਾਂਗੇ ਬਈ, ਆਰਾਮ ਕਰ ਰਹੇ। ਤੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਮਾਤਾ ਜੀ ਮਾਤਾ ਤ੍ਰਿਪਤਾ ਜੀ, ਉਹਨਾਂ ਨੇ ਤੁਲਸਾਂ ਦਾਸੀ ਨੂੰ ਕਿਹਾ ਤੁਲਸਾਂ ਜਾ ਅੰਦਰ ਗੁਰੂ ਨਾਨਕ ਸੁੱਤਾ ਪਿਆ, ਮਾਤਾ ਦੇ ਲਫ਼ਜ਼ ਆ, ਉਹਨੂੰ ਜਗਾ ਜਾ ਕੇ। ਇਹ ਸਤਿਗੁਰਾਂ ਦੀ ਪ੍ਰਕਰਮਾ ਕਰਨ ਲੱਗ ਪਈ, ਇਹ ਕਹਿੰਦੀ ਗੁਰੂ ਨਾਨਕ ਥੋੜੋ ਸੌ ਸਕਦਾ ਨਹੀਂ ਸੌ ਸਕਦਾ। ਸਤਿਗੁਰਾਂ ਦਾ ਇੱਕ ਸੱਜਾ ਚਰਨ ਨੰਗਾ ਸੀ, ਚਾਦਰ ਤੋਂ ਬਾਹਰ ਨਿਕਲਿਆ ਸੀ, ਇਹ ਕਹਿੰਦੀ ਮੈਂ ਜਗਾਵਾਂ, ਕਹਿੰਦਾ ਜਗਾਵਾਂ ਤੇ ਉਹਨੂੰ ਜਿਹੜਾ ਸੁੱਤਾ ਹੋਵੇ। ਇਹਨੇ ਸਤਿਗੁਰਾਂ ਦੇ ਸੱਜੇ ਚਰਨ ਦੇ ਅੰਗੂਠੇ ਨੂੰ ਆਪਣੀ ਰਸਨਾ ਜੀਭ ਲਾ ਦਿੱਤੀ,
ਗਿਆਨ ਹੋ ਗਈ, ਬਾਹਰ ਨੱਠੀ ਆਈ। ਕਹਿੰਦੀ ਮਾਂ ਤੂੰ ਕਿਉਂ ਨਹੀਂ ਗੁਰੂ ਨਾਨਕ ਪਾਤਸ਼ਾਹ ਸੁੱਤੇ ਆ, ਉਹਦੇ ਮਨ ਸੁੱਖ ਦਾ ਡੁੱਬਦਾ ਬੇੜਾ ਬੰਨੇ ਲਾ ਰਿਹਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਡੁੱਬਦਾ ਬੇੜਾ ਬੰਨੇ ਲਾ ਰਹੇ ਆ, ਕੇਤੀ ਛੁੱਟੀ ਨਾਲ ਜਿਹੜੇ ਸੰਗਤ ਕਰਨ ਵਾਲੇ ਸੀ ਛੁਡਾ ਲਿਆ ਨਾ ਉਹਨਾਂ ਨੂੰ। ਮਨ ਸੁੱਖ ਸੰਗਤ ਕਰਦਾ ਸੀ, ਸਤਿਗੁਰਾਂ ਨੂੰ ਧਿਆਉਂਦਾ ਸੀ, ਤੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਭਾਵੇਂ ਏਦਾਂ ਲੱਗ ਰਿਹਾ ਸੀ ਘਰ ਬਹਿ ਸੁੱਤੇ ਪਏ ਆ, ਪਰ ਆਪਣੇ ਪਿਆਰੇ ਦਾ ਬੇੜਾ ਬੰਨੇ ਲਾਈ ਜਾਂਦੇ ਸੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿੱਦਾਂ ਅਸੀਂ ਸਤਿਗੁਰਾਂ ਦੀ ਸੰਗਤ ਕਰਦੇ, ਜੇ ਸਤਿਗੁਰਾਂ ਦੇ ਕਹਿਣੇ ਦੇ ਵਿੱਚ ਚੱਲੀਏ ਤੇ ਸਤਿਗੁਰੂ ਸਾਨੂੰ ਛਡਾਉਂਦੇ ਆ ਜੀ। ਸਤਿਗੁਰੂ ਤਾਰਨ ਵਾਸਤੇ ਆਏ, ਇਹ ਨਹੀਂ ਕਹਿ ਸਕਦੇ ਸਤਿਗੁਰੂ ਆਪ ਤਰੇ, ਉਹ ਤੇ ਤਰੇ ਹੀ ਆ ਜੀ, ਉਹ ਸਾਨੂੰ ਤਾਰਨ ਵਾਸਤੇ ਆਏ ਆ। ਤੇ ਜੇ ਅਸੀਂ ਉਹਨਾਂ ਦੀ ਸੰਗਤ ਕਰਾਂਗੇ, ਸੰਗਤ ਅਸਲੀ ਕਿਹੜੀ ਆ ਜੀ, ਉਹਨਾਂ ਦੇ ਕਹਿਣੇ ਮੰਨਣ ਵਾਲੀ ਕਰਾਂਗੇ, ਸਤਿਗੁਰੂ ਸਾਨੂੰ ਵੀ ਛਡਾਉਣਗੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਛਡਾਉਣਗੇ ਪੱਕੀ ਗੱਲ, ਪਰ ਉਹਨਾਂ ਦੇ ਕਹਿਣੇ ਦੇ ਵਿੱਚ ਚੱਲੀਏ। ਨਾਨਕ ਤੇ ਮੁੱਖ ਉਜਲੇ, ਉਹ ਪਿਆਰਿਆਂ ਦੇ ਆਪਣੇ ਮੁੱਖ ਉਜਲੇ ਹੁੰਦੇ ਆ ਜੀ, ਖਿੜੇ ਹੁੰਦੇ ਆ, ਖਿੜੇ ਮੱਥੇ ਜਾਂਦੇ ਆ ਜੀ। ਮੁਰਝਾਏ ਹੋਏ ਤੇ ਉਹ ਜਾਣ ਜਿਹੜੇ ਦੋ ਨੰਬਰੀਏ ਆ, ਜਿਨ੍ਹਾਂ ਨੇ ਇੱਕ ਨੰਬਰੀਏ ਰਹਿ ਕੇ ਜੀਵਨ ਬਤੀਤ ਕੀਤਾ, ਉਹਨਾਂ ਦਾ ਚਿਹਰਾ ਸਦਾ ਹੀ ਖਿੜਿਆ ਰਹਿਣਾ, ਜੀਉਂਦਿਆਂ ਦਾ ਵੀ ਤੇ ਮਰਿਆਂ ਦਾ ਵੀ। ਤੇ ਉਹਨਾਂ ਦੀ ਸੰਗਤ ਕਰਨ ਵਾਲੇ ਵੀ ਛੁੱਟ ਜਾਂਦੇ ਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਪਜੀ ਸਾਹਿਬ ਜੀ ਦਾ ਨਾ ਬੜਾ ਮਹੱਤਵ ਦੱਸਿਆ ਆ, ਰੱਬ ਦੇ ਪਿਆਰਿਆਂ ਨੇ, ਗੁਰੂ ਸਾਹਿਬਾਂ ਨੇ ਬੜਾ ਮਹੱਤਵ ਦੱਸਿਆ ਆ, ਪਰ ਮੈਂ ਇੱਕ ਸਾਥੀ ਦੀ ਸਾਂਝ ਪਾ ਕੇ ਸਮਾਪਤੀ ਕਰ ਦਿੰਦੀ ਹਾਂ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਜਦੋਂ ਕਰਤਾਰਪੁਰ ਦੀ ਜੰਗ ਹੋਈ ਆ, ਤੇ ਉੱਥੇ ਸਤਿਗੁਰਾਂ ਨੇ, ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਬਾਅਦ ਵਿੱਚ ਜਦੋਂ ਜੰਗ ਤੇ ਫਤਿਹ ਪਾਈ, ਬਾਅਦ ਵਿੱਚ ਕਿਹਾ ਪਿਆਰਿਓ ਕੋਈ ਐਸਾ ਹੈ ਪਿਆਰਾ ਜਿਹੜਾ ਫੋਰਨਿਆਂ ਤੋਂ ਰਹੇ ਤੇ ਜਪਜੀ ਸਾਹਿਬ ਦਾ ਜਾਪ ਸੁਣਾਵੇ। ਫੋਰਨਿਆਂ ਤੋਂ ਰਹੇ ਦਾ ਅਰਥ ਕੀ ਕਿ ਜਪਜੀ ਸਾਹਿਬ ਪੜ੍ਹੇ ਤੇ ਕੋਈ ਅੰਦਰ ਫੁਰਨਾ ਖਿਆਲ ਨਾ ਵਾਧੂ ਆਵੇ, ਅਸੀਂ ਕਹਿੰਦੇ ਸਾਡਾ ਟਿਕਦਾ ਹੀ ਨਹੀਂ ਮਨ, ਪਤਾ ਨਹੀਂ ਕਿੱਥੇ ਕਿੱਥੇ ਤੁਰਿਆ ਫਿਰਦਾ ਖਿਆਲ। ਕੋਈ ਨਹੀਂ ਉੱਠਿਆ, ਕੋਈ ਵੀ ਨਹੀਂ। ਸਤਿਗੁਰਾਂ ਨੇ ਫਿਰ ਕਿਹਾ ਬਈ ਐਸਾ ਕੋਈ ਹੈ ਹੀ ਨਹੀਂ। ਸ਼ੁੱਧ ਸੁਣਾਏ ਰਿਝਾਵੈ ਮੋਹੀ, ਮਨ ਬਾਂਛਿਤ ਫਲ ਪ੍ਰਾਪਤ ਹੋਹੀ। ਨਹਿ ਅਦੇ ਵਸਤੂ ਕੁਨ ਕੌਣ, ਜਿਮ ਜਾਚੇ ਹਮ ਦੇਹੈ ਤੌਣ। ਉਹ ਜਿੱਦਾਂ ਦੀ ਜਾਚਨਾ ਕਰੂਗਾ, ਜਿੱਦਾਂ ਦੀ ਮੰਗ ਕਰੂਗਾ, ਉਹਨੂੰ ਉਹੀ ਮਨ ਬਾਂਛਿਤ ਫਲ ਮਿਲੂਗਾ। ਪਰ ਸ਼ੁੱਧ ਜਪਜੀ ਸਾਹਿਬ ਫੁਰਨਿਆਂ ਤੋਂ ਰਹਿਤ ਜਪਜੀ ਸਾਹਿਬ ਸੁਣਾ ਕੇ ਮੈਨੂੰ ਖੁਸ਼ ਕਰ ਦੇਵੇ। ਕੋਈ ਪਿਆਰ ਹੈ ਕੋਈ ਐਸਾ ਜਿਹੜਾ ਜਪਜੀ ਸਾਹਿਬ ਇੱਦਾਂ ਸੁਣਾਵੇ ਮੈਨੂੰ ਮਨ ਟਿਕਾ ਕੇ। ਤੇ ਉਦੋਂ ਫਿਰ ਨਾ ਹਾਫਜ਼ਾਬਾਦ ਦਾ ਇੱਕ ਗੋਪਾਲ ਨਾਮਾ ਗੁਰਮੁਖ ਪਿਆਰਾ ਸੀ, ਉਹ ਉੱਠ ਕੇ ਖੜਾ ਹੋ ਗਿਆ। ਸਤਿਗੁਰੂ ਕਹਿੰਦੇ ਤੂੰ ਸੁਣਾਏਗਾ? ਕਹਿੰਦਾ ਜੀ ਨਹੀਂ। ਕਹਿੰਦੇ ਤੂੰ ਉੱਠ ਕੇ ਕਿਉਂ ਖੜਾ ਹੋਇਆ? ਕਹਿੰਦਾ ਜੀ ਮੈਂ ਨਹੀਂ ਸੁਣਾ ਸਕਦਾ, ਜੇ ਤੁਸੀਂ ਕਿਰਪਾ ਕਰੋ ਫੇਰ ਸੁਣਾ ਸਕਦਾ ਮੈਂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਫੇਰ ਮੈਂ ਸੁਣਾ ਸਕਦਾ, ਮੇਰੇ ਅੰਦਰ ਕੋਈ ਤਾਕਤ ਨਹੀਂ ਕਿ ਮੈਂ ਸੁਣਾਵਾਂ, ਤੁਸੀਂ ਕਿਰਪਾ ਕਰੋ ਫੇਰ ਗੱਲ ਬਣ ਸਕਦੀ। ਸਤਿਗੁਰੂ ਕਹਿੰਦੇ ਚੱਲ ਪਿਆਰਿਆ, ਸੋਹਣਾ ਆਸਣ ਲਵਾਇਆ ਆਪਣੇ ਤੋਂ, ਨੀਵਾਂ ਨਹੀਂ ਬਿਠਾਇਆ, ਬਰਾਬਰ ਬਿਠਾਇਆ। ਚੱਲ ਵੀ ਪਿਆਰਿਆ, ਸਾਰੇ ਸੁਣ ਰਹੇ ਆ ਤੇ ਅਸੀਂ ਵੀ ਸੁਣਨਾ। ਜਪਜੀ ਸਾਹਿਬ ਆਰੰਭ ਕਰ, ਉਹ ਪਿਆਰੇ ਨੇ ਫੁਰਨਿਆਂ ਤੋਂ ਰਹਿਤ ਜਪਜੀ ਸਾਹਿਬ ਆਰੰਭ ਕਰ ਦਿੱਤਾ। ਸਤਿਗੁਰਾਂ ਦੇ ਚਰਨਾਂ 'ਚ ਮੱਥਾ ਟੇਕ ਕੇ, ਨਮਸਕਾਰ ਕਰਕੇ, ਅਰਦਾਸ ਬੇਨਤੀ ਕਰਕੇ ਜਪਜੀ ਸਾਹਿਬ ਦੀ ਆਰੰਭਤਾ ਹੋ ਗਈ। ਪੜ੍ਹੀ ਜਾਂਦਾ ਬਿਲਕੁਲ ਫੁਰਨਿਆਂ ਤੋਂ ਰਹਿ, ਸੋਦਰ ਵਾਲੀ ਪੌੜੀ ਸ਼ੁਰੂ ਹੋ ਗਈ। ਸੋਦਰ ਕਿਹਾ ਸੋ ਕਰ ਕਿਹਾ, ਜਿੱਥ ਵੈ ਸਰਬ ਸੰਭਾਲੇ ਵਾਜੇ ਨਾ ਦੋ ਨੇਕ ਸੰਗ। ਸਤਿਗੁਰਾਂ ਨੇ ਵਿਚਾਰਿਆ ਉਹ ਇਹ ਬਿਲਕੁਲ ਫੁਰਨਿਆਂ ਤੋਂ ਰਹਿਤ ਸੁਣਾ ਰਿਹਾ, ਇਹਨੂੰ ਕਿਹੜੀ ਦਾਤ ਦੇਣੀ ਚਾਹੀਦੀ ਬਈ, ਕਿਹੜੀ ਵਸਤੂ ਸ੍ਰੇਸ਼ਟ ਆ ਇਹਦੇ ਵਾਸਤੇ ਜਿਹੜੀ ਇਹਨੂੰ ਦੇਣੀ ਚਾਹੀਦੀ। ਸਤਿਗੁਰਾਂ ਨੇ ਵਿਚਾਰਿਆ ਵੀ ਇੰਦਰਪੁਰੀ, ਬ੍ਰਹਮਪੁਰੀ, ਸਵਰਗਪੁਰੀ, ਪਰ ਨਹੀਂ, ਇਹ ਤੇ ਛੋਟੀਆਂ ਚੀਜ਼ਾਂ, ਇਹ ਪੱਕੀਆਂ ਰਹਿਣ ਵਾਲੀਆਂ ਥੋੜ੍ਹੀ। ਇੰਦਰਪੁਰੀ ਮੈਂ ਸਰਪਰ ਮਰਨਾ, ਬ੍ਰਹਮਪੁਰੀ ਨਹੀਂ ਚੱਲ ਨਹੀਂ ਰਹਿਣਾ,
ਸ਼ਿਵਪੁਰੀ ਕਾ ਹੋਏਗਾ ਕਾਲਾ ਤ੍ਰੈਗੁਣ ਮਾਇਆ ਬਿਨਸ ਬਿਤਾਲਾ। ਇਹ ਪੱਕੀਆਂ ਰਹਿਣ ਵਾਲੀਆਂ ਥੋੜੀ ਆ। ਇੱਕ ਪਿਆਰਾ ਜਪਜੀ ਸਾਹਿਬ ਸੁਣਾ ਰਿਹਾ ਪੁਰਨਿਆਂ ਤੋਂ ਰਹਿਤ ਜਪਜੀ ਸਾਹਿਬ, ਤੇ ਉਹਨੂੰ ਆਹ ਹੀ ਚੀਜ਼ਾਂ ਦੇਣੀਆਂ ਬਸ ਇੰਨੀਆਂ। ਹੁਣ ਆਪਾਂ ਸੋਚ ਲਈਏ ਨਾ ਵੀ ਕਿੰਨਾ ਮਹੱਤਵ ਹੁੰਦਾ ਜਪਜੀ ਸਾਹਿਬ ਦਾ, ਇੱਥੋਂ ਅੰਦਾਜ਼ਾ ਲਾ ਸਕਦੇ ਨਾ। ਸਤਿਗੁਰੂ ਕਹਿੰਦੇ ਇੰਦਰਪੁਰੀ, ਜਿਹਨੂੰ ਸਵਰਗ ਲੋਕ ਕਹਿੰਦੇ ਆਪਾਂ, ਕਹਿੰਦੇ ਤੋਸ਼ੀਆ ਜਪਜੀ ਸਾਹਿਬ ਦੇ ਮੂਹਰੇ ਕੱਖ ਵੀ ਨਹੀਂ। ਇਹ ਬ੍ਰਹਮਪੁਰੀ ਜਿੱਥੇ ਬ੍ਰਹਮਾ ਜੀ ਰਹਿੰਦੇ, ਕਹਿੰਦੇ ਨਹੀਂ ਨਹੀਂ ਉਹ ਵੀ ਕੱਖ ਨਹੀਂ। ਅੱਛਾ ਜਿੱਥੇ ਸ਼ਿਵਜੀ ਭਗਵਾਨ ਰਹਿੰਦੇ ਆ ਉਹ ਦੇ ਦਈਏ ਸ਼ਿਵਪੁਰੀ, ਨਹੀਂ ਨਹੀਂ ਉਹ ਵੀ ਕੱਖ ਨਹੀਂ। ਜਪਜੀ ਸਾਹਿਬ ਸੁਣਾ ਰਿਹਾ ਫੁਰਨਿਆਂ ਤੋਂ ਰਹਿਤ ਪਿਆਰਾ, ਕੱਖ ਨਹੀਂ ਇਹ। ਸਤਿਗੁਰਾਂ ਨੇ ਧਿਆਨ ਮਾਰਿਆ ਗੁਰੂ ਨਾਨਕ ਦੇ ਘਰ ਦੇ ਵਿੱਚ ਸਭ ਤੋਂ ਵੱਡੀ ਕਿਹੜੀ ਅਮੋਲਕ ਵਸਤੂ ਆ, ਕਹਿੰਦੇ ਉਹ ਤੇ ਗੁਰੂ ਨਾਨਕ ਦੀ ਗੁਰਗੱਦੀ ਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹੀ ਇਹ ਜਪਜੀ ਸਾਹਿਬ ਫੁਰਨਿਆਂ ਤੋਂ ਰਹਿਤ ਸੁਣਾ ਰਿਹਾ, ਕਿਉਂ ਨਾ ਇਹਨੂੰ ਇਹੀ ਬਖਸ਼ਿਸ਼ ਕਰ ਦੇਈਏ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਅੱਛਾ ਜੀ, ਉੱਧਰ ਜਪਜੀ ਸਾਹਿਬ ਪੜ੍ਹ ਹੋ ਰਿਹਾ, ਇੱਧਰ ਸਤਿਗੁਰੂ ਜੀ ਜਿੱਦਾਂ ਜਪਜੀ ਸਾਹਿਬ ਸਮਾਪਤੀ ਵੱਲ ਨੂੰ ਜਾ ਰਿਹਾ ਆ, ਤੇ ਸਤਿਗੁਰੂ ਜੀ ਆਪਣਾ ਆਸਣ ਛੱਡਣਾ ਸ਼ੁਰੂ ਕਰ ਰਹੇ ਆ। ਆਪਣੇ ਆਸਣ ਤੇ ਚੌਂਕੜਾ ਲਾ ਕੇ ਬੈਠੇ ਆ, ਥੋੜੇ ਜਿਹੇ ਅੱਗੇ ਨੂੰ ਹੋਏ ਕਿ ਸੰਗਤਾਂ ਦੇਖ ਰਹੀਆਂ ਵੀ ਸਤਿਗੁਰੂ ਜੀ ਚੱਲੇ ਕਿਤੇ। ਇੱਕ ਚਰਨ ਥੱਲੇ ਲਾਇਆ, ਦੂਸਰਾ ਚਰਨ ਥੱਲੇ ਲਾਇਆ ਵੀ ਗੁਰਗੱਦੀ ਹੁਣ ਛੱਡ ਦੇਣੀ ਆ। ਜਦੋਂ ਇਹ ਪਿਆਰੇ ਨੇ ਭੋਗ ਪਾ ਤਾਂ ਨਾਲ ਹੀ ਇਹਨੂੰ ਬਿਠਾ ਕੇ ਗੁਰਗੱਦੀ ਤਿਲਕ ਲਾ ਦੇਣਾ। ਪਰ ਜਿੱਦਾਂ ਉਹਦੇ ਸਤਿਗੁਰਾਂ ਨੂੰ ਮਨਜ਼ੂਰ ਆ, ਜਿੱਦਾਂ ਵੀ ਹੁਣ ਜਦੋਂ ਧਿਆਨ ਪੈ ਗਿਆ ਭਾਈ ਗੋਪਾਲੇ ਦਾ ਨਾ, ਫਿਰ ਸਤਿਗੁਰੂ ਜੀ ਤੇ ਲੱਗਦਾ ਹੁਣ ਸਮਾਪਤੀ ਕੋਲ ਮੈਂ ਚੱਲਿਆ, ਸਤਿਗੁਰੂ ਜੀ ਤੇ ਚੱਲੇ ਲੱਗਦਾ। ਇਹਨਾਂ ਨੇ ਕਿ ਇੱਕ ਮਨ ਚਿੱਤ ਹੋ ਕੇ ਸੁਣਾਈ, ਜੇ ਸਤਿਗੁਰੂ ਚੱਲ ਗਏ ਤੇ ਮੇਰੀ ਮਨੋਕਾਮਨਾ ਕਿੱਦਾਂ ਪੂਰੀ ਹੋਊ? ਤੇ ਮੇਰੇ ਤੇ ਮਨ ਵਿੱਚ ਇਹ ਆ ਕਿ ਜਿਹੜਾ ਭਾਈ ਸੁਭਾਗਾ ਪੰਜ ਘੋੜੇ ਸਵਾ ਸਵਾ ਲੱਖ ਰੁਪਈਏ ਦੇ ਲੈ ਕੇ ਆਇਆ, ਉਹਨਾਂ ਵਿੱਚੋਂ ਇੱਕ ਘੋੜਾ ਸਤਿਗੁਰੂ ਜੀ ਮੈਨੂੰ ਦੇਣ, ਕਿਉਂਕਿ ਇੱਕ ਘੋੜਾ ਸਤਿਗੁਰਾਂ ਨੇ ਆਪਣੇ ਵਾਸਤੇ ਰੱਖਿਆ, ਦੂਜਾ ਘੋੜਾ ਬਾਬੇ ਗੁਰਗੱਦੇ ਜੀ ਨੂੰ ਦਿੱਤਾ, ਤੀਜਾ ਘੋੜਾ ਭਾਈ ਬਿਧੀ ਚੰਦ ਨੂੰ ਦਿੱਤਾ, ਚੌਥਾ ਘੋੜਾ ਪੈਂਦੇ ਖਾਂ ਨੂੰ ਦਿੱਤਾ, ਤੇ ਜਿਹੜਾ ਪੰਜਵਾਂ ਤਵੇਲੇ ਵਿੱਚ ਬੱਝਾ ਆ, ਤੇ ਮੈਂ ਤੇ ਸੋਚਦਾ ਹੀ ਉਹ ਮੈਂ ਮੰਗ ਲਊਂਗਾ। ਸਤਿਗੁਰੂ ਕਹਿੰਦੇ ਮੂੰਹ ਮੰਗਿਆ ਵਰ ਦੇਵਾਂਗੇ, ਤੇ ਮੈਂ ਉਹ ਘੋੜਾ ਮੰਗ ਲਵਾਂ। ਤਿਲਕ ਦੇਣ ਚਾਹੇ ਉਹ ਹਿਰਦੈ, ਸਿੱਖ ਨੇ ਕਰਿਓ ਮਨੋਰਥ ਤਵੈ। ਇੱਧਰ ਗੁਰਗੱਦੀ ਤਿਲਕ ਦੇਣ ਲੱਗੇ ਆ, ਉਧਰੋਂ ਉਹਨੇ ਮਨੋਰਥ ਹੋਰ ਰੱਖ ਲਿਆ। ਰਹਿਓ ਪੰਚਮੋ ਹੈ ਵੱਡ ਮੋਲ, ਸੋ ਮੈਂ ਲੈ ਹੋ ਗੁਰ ਤੇ ਬੋਲ, ਇਹ ਬੋਲ ਕੇ ਮੈਂ ਲੈ ਲੂੰ ਘੋੜਾ। ਗੁਰੂ ਸਤਿਗੁਰੂ ਅੰਤਰਜਾਮੀ ਦਿਲ ਦੀਆਂ ਜਾਣਨ ਵਾਲੇ, ਫਿਰ ਚੌਂਕੜਾ ਲਾ ਕੇ ਆਪਣੇ ਪਿਆਰੇ ਦੇ ਅੰਦਰਲਾ ਸੰਕਲਪ ਜਾਣ ਲਿਆ, ਦਿਲ ਦੀ ਗੱਲ ਬੁੱਝ ਲਈ, ਫਿਰ ਚੌਂਕੜਾ ਲਾ ਕੇ ਗੁਰਗੱਦੀ ਤੇ ਬਹਿ ਗਏ। ਜਦੋਂ ਭੋਗ ਪਿਆ ਨਾ, ਸਤਿਗੁਰਾਂ ਨੇ ਇੱਕ ਪ੍ਰੇਮੀ ਨੂੰ ਆਵਾਜ਼ ਮਾਰੀ, ਉਹ ਪਿਆਰਿਆਂ ਤੇ ਵੇਲੇ ਵਿੱਚ ਲਿਆ ਘੋੜਾ ਖੋਲ ਕੇ ਕਾਠੀ ਸਮੇਤ ਭਾਈ ਗੋਪਾਲੇ ਦੇ ਹੱਥ ਵਿੱਚ ਫੜਾਇਆ, ਤੇ ਨਾਲੇ ਪਤਾ ਕੀ ਕਹਿਣ ਲੱਗੇ, ਉਹ ਪਿਆਰਿਆ ਬਹੁਤਾ ਥੱਲੇ ਡਿੱਗ ਪਿਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਦੇਖੋ ਫੁਰਨਾ ਕੋਈ ਨਹੀਂ ਆਇਆ, ਅਖੀਰ ਤੇ ਜਾ ਕੇ ਆ ਗਿਆ, ਜਦੋਂ ਜਿਨੀ ਨਾਮ ਤੇ ਆਇਆ ਚੱਲ ਰਿਹਾ ਸੀ, ਉਹ ਬਹੁਤਾ ਥੱਲੇ ਡਿੱਗ ਪਿਆ। ਉਹ ਅਸੀਂ ਤੇ ਗੁਰੂ ਨਾਨਕ ਦੇ ਘਰ ਦਾ ਤੈਨੂੰ ਮਾਲਕ ਬਣਾਉਣ ਲੱਗੇ ਸੀ, ਜਿਹੜੀ ਗੁਰਗੱਦੀ ਤੇ ਸਾਰੀ ਦੁਨੀਆ ਝੁਕਦੀ ਆ, ਦੇਵੀ ਦੇਵਤੇ ਵੀ ਆ ਕੇ ਜਿਹੜੀ ਗੁਰਗੱਦੀ ਨੂੰ ਮੱਥਾ ਟੇਕਦੇ ਆ, ਅਸੀਂ ਤੇ ਉਹ ਬਖਸ਼ਣ ਲੱਗੇ ਸੀ। ਸਾਰੀਆਂ ਚੀਜ਼ਾਂ ਤੁਛ ਜਾਣ ਲਈਆਂ, ਇੰਦਰਪੁਰੀ ਕੁਛ ਨੀ ਜਪਜੀ ਸਾਹਿਬ ਦੇ ਸਾਹਮਣੇ, ਬ੍ਰਹਮਪੁਰੀ ਨਹੀਂ ਕੁਛ ਵੀ, ਸ਼ਿਵਪੁਰੀ ਨਹੀਂ ਵੀ ਕੁਛ। ਅਸੀਂ ਸੋਚਿਆ ਸਭ ਤੋਂ ਵੱਡੀ ਵਸਤੂ ਕਿਹੜੀ ਆ? ਗੁਰੂ ਨਾਨਕ ਦੀ ਘਰ ਦੀ ਗੁਰਗੱਦੀ। ਉਹ ਛੱਡਣ ਲੱਗੇ ਸੀ ਤੇਰੇ ਲਈ, ਤੇ ਤੂੰ ਘੋੜੇ ਤੇ ਆ ਗਿਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਹੁਣ ਆਪਾਂ ਆਪਣੇ ਤੇ ਲਾ ਲਈਏ, ਸਤਿਗੁਰੂ ਜੀ ਮੋਟਰਸਾਈਕਲ ਚਾਹੀਦਾ, ਉਹ ਪਿਆਰਿਆ ਤੈਨੂੰ ਤੇ ਗੱਡੀ ਦੇਣ ਨੂੰ ਕਰਦੇ ਸੀ, ਇੱਥੇ ਡਿੱਗ ਪਿਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇੰਨਾ ਮਹਾਤਮ ਜਪਜੀ ਸਾਹਿਬ ਦਾ, ਇੰਨਾ ਮਹਾਤਮ ਆ ਜਿਹੜੀ ਆਪਾਂ ਕਥਾ ਇੰਨੇ ਦਿਨਾਂ ਤੋਂ ਸਰਵਣ ਕਰ ਰਹੇ ਸੀ, ਜਿਸਦੀ ਅੱਜ ਸਮਾਪਤੀ ਆਪਾਂ ਕਰ ਰਹੇ ਹਾਂ, ਇੰਨਾ ਮਹਾਤਮ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਦੱਸਿਆ ਪਿਆਰੇ। ਉਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ, ਬਾਕੀ ਰੱਬ ਦੇ ਪਿਆਰੇ ਮਹਾਂਪੁਰਖਾਂ ਨੇ ਕਿੰਨਾ ਕੁ ਮਹਾਤਮ ਦੱਸਿਆ, ਜੇ ਉਹ ਦੱਸਣ ਲੱਗੀਏ ਤਾਂ ਕਈ ਦਿਨ ਹਜੇ ਲੰਘ ਜਾਣੇ ਆਪਣੇ ਇਸ ਕਥਾ ਦੇ ਵਿੱਚ।
ਪਰ ਜੇ ਆਪਾਂ ਸਮਝ ਲੈਣੀ ਹੈ ਤੇ ਇੱਕ ਸਾਖੀ ਤੋਂ ਲੈ ਸਕਦੇ ਹਾਂ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ, ਵਾਹਿਗੁਰੂ ਗੁਰੂ ਗੋਬਿੰਦ ਸਿੰਘ ਕਲਗੀਧਰ ਪਾਤਸ਼ਾਹ ਜੀ ਨੇ ਬੜਾ ਮਹੱਤਵ ਸੁਣਾਇਆ ਸੀ, ਬੜਾ ਮਹੱਤਵ। ਤੇ ਜਿਹੜੀ ਆਪਾਂ ਹੁਣ ਸਾਖੀ ਸੁਣੀ ਆ, ਇਹ ਤੋਂ ਜੇ ਆਪਾਂ ਸਮਝ ਲੈ ਲਈਏ ਤੇ ਸਾਨੂੰ ਸਮਝਣਾ ਚਾਹੀਦਾ ਇਹ ਕਿੰਨੀ ਅਮੋਲਕ ਬਾਣੀ ਜਿਹਦੇ ਗੁਰ ਇੰਦਰਪੁਰੀ, ਬ੍ਰਹਮਪੁਰੀ, ਸ਼ਿਵਪੁਰੀ ਹੈ ਹੀ ਕੁਛ ਨਹੀਂ। ਜਿਹੜੇ ਸਵਰਗ ਨੂੰ ਲੋਕ ਤਰਸਦੇ ਫਿਰਦੇ ਆ, ਸਤਿਗੁਰੂ ਕਹਿੰਦੇ ਪਿਆਰਿਆ ਫੁਰਨਿਆਂ ਤੋਂ ਰਹਿਤ ਕਰ ਜਪ ਜੀ ਸਾਹਿਬ, ਉਹ ਤੇ ਕੁਛ ਵੀ ਨਹੀਂ ਤੇਰੇ ਮੋਹਰੇ, ਕੱਖ ਵੀ ਨਹੀਂ। ਸਤਿਗੁਰਾਂ ਨੇ ਸਲੋਕ ਦੇ ਰਾਹੀਂ ਸਾਨੂੰ ਕਿੰਨੀ ਸੋਝੀ ਬਖਸ਼ਿਸ਼ ਕੀਤੀ, ਇਥੋਂ ਅਕਲ ਲਈਏ ਅਸੀਂ, ਵਾਤਾਵਰਨ ਸਾਫ਼ ਸੁਥਰਾ ਰੱਖੀਏ ਅਸੀਂ, ਹਵਾ ਦਾ ਸਤਿਕਾਰ ਕਿੱਦਾਂ ਕਰਨਾ, ਧਰਤੀ ਦਾ ਕਿੱਦਾਂ ਕਰਨਾ, ਪਾਣੀ ਦਾ ਕਿੱਦਾਂ ਕਰਨਾ। ਅੱਛਾ ਕਿਹੜਾ ਗੱਲ ਗੁਰਬਾਣੀ ਦੀ ਰੱਬ ਦੀ ਚੱਲ ਰਹੀ, ਇਹ ਹਵਾ ਪਾਣੀ ਵਿੱਚ ਕਿੱਦਾਂ ਆ ਗਿਆ? ਸਤਿਗੁਰੂ ਕਹਿੰਦੇ ਤੈਨੂੰ ਪੈਦਾ ਕਰਨ ਤੋਂ ਪਹਿਲਾਂ ਮੈਂ ਦਿਨ ਰਾਤ ਚੰਦਰਮੇ ਸੂਰਜ ਤਾਰੇ ਬਣਾਏ। ਅਕਾਲ ਪੁਰਖ ਨੇ ਸਭ ਕੁਛ ਬਣਾਇਆ, ਥਿੱਤਾਂ ਬਣਾਈਆਂ, ਵਾਰ ਬਣਾਏ, ਧਰਤੀ ਬਣਾਈ, ਸਭ ਕੁਛ ਜਿਹਦੇ ਵਾਸਤੇ ਤੂੰ ਕਿ ਤੈਨੂੰ ਕਿਸੇ ਪੱਖੋਂ ਤੈਨੂੰ ਘਾਟ ਨਾ ਰਵੇ, ਤੂੰ ਇਹ ਨਾ ਕਵੇਂ ਆਹ ਵੀ ਚੀਜ਼ ਹੁੰਦੀ ਤੇ ਫਿਰ ਤੇ ਗੱਲ ਹੀ ਬਣਨੀ। ਸਭ ਕੁਛ ਹੀ ਤਿਆਰ ਕਰ ਦਿੱਤਾ ਤੇਰੇ ਲਈ, ਕੋਈ ਉਹਨੂੰ ਸਾਂਭ ਕੇ ਤੇ ਰੱਖ ਪਿਆ ਰਿਹਾ, ਤੈਨੂੰ ਮੈਂ ਇਹ ਸਮਝਾ ਰਿਹਾ। ਸਤਿਗੁਰੂ ਕਹਿੰਦੇ ਸਾਂਭ ਤਾਂ ਸਹੀ, ਇੱਕ ਤੂੰ ਤੈਨੂੰ ਮਨੁੱਖਾ ਦੇਹ ਨੂੰ ਵਡਿਆਈ ਇੰਨੀ ਬਖਸ਼ਿਸ਼ ਕੀਤੀ ਆ, ਤੂੰ ਹੀ ਕਹਿਣੇ ਦੇ ਵਿੱਚ ਨਹੀਂ। ਸੂਰਜ ਪੈਦਾ ਕੀਤਾ ਅੱਜ ਤੱਕ ਹੁਕਮ ਤੋਂ ਬਾਹਰ ਨਹੀਂ ਹੋਇਆ। ਕਦੀ ਸੁਣਿਆ ਵੀ ਇੰਨੇ ਦਿਨ ਹੋਏ ਬਈ ਸੂਰਜ ਤੇ ਚੜਿਆ ਹੀ ਨਹੀਂ, ਅੱਜ ਇੰਨੇ ਦਿਨ ਹੋ ਗਏ ਰਾਤ ਹੀ ਨਹੀਂ ਪਈ ਸੂਰਜ ਚੜਿਆ ਚੜਿਆ ਹੀ ਰਹਿ ਗਿਆ? ਨਾ, ਆਪਣੀ ਮਰਿਆਦਾ ਦੇ ਵਿੱਚ, ਚੰਦਰਮਾ ਆਪਣੀ ਮਰਿਆਦਾ ਵਿੱਚ, ਤਾਰੇ ਆਪਣੀ ਮਰਿਆਦਾ ਵਿੱਚ, ਦਿਨ ਰਾਤ ਆਪਣੀ ਮਰਿਆਦਾ ਵਿੱਚ, ਰੁੱਤਾਂ ਆਪਣੀ ਮਰਿਆਦਾ ਵਿੱਚ ਆ, ਅਸੀਂ ਨਹੀਂ ਆਪਣੀ ਮਰਿਆਦਾ 'ਚ ਰਹਿੰਦੇ। ਸਤਿਗੁਰਾਂ ਨੇ ਤਾਂਹੀਓ ਇਹ ਗੁਰਬਾਣੀ ਦਾ ਜਹਾਜ਼ ਬਣਾ ਤਾ, ਉਹ ਪਿਆਰਿਆ ਲੈ ਏਦਾਂ ਇੱਥੋਂ ਹੀ ਸਿੱਖਿਆ ਲੈ ਕੇ ਮਰਿਆਦਾ 'ਚ ਰਹਿ ਲਾ, ਏਦਾਂ ਹੀ ਰਹਿ ਲਾ ਮਰਿਆਦਾ ਵਿੱਚ, ਪਰ ਫੇਰ ਨਹੀਂ ਮੰਨਦੇ ਅਸੀਂ ਆਪੋ ਸਤਿਨਾਮ ਸ੍ਰੀ ਵਾਹਿਗੁਰੂ। ਸਤਿਗੁਰਾਂ ਨੇ ਬੜੀ ਸੋਚੀ ਬਖਸ਼ਿਸ਼ ਕੀਤੀ, ਬਹੁਤ ਸੋਚੀ ਜਪਜੀ ਸਾਹਿਬ ਦੇ ਵਿੱਚ, ਤਾਂ ਇੰਨਾ ਮਹਾਤਮ ਸਤਿਗੁਰਾਂ ਨੇ ਦੱਸਿਆ ਦੇ ਅੰਤ, ਇਹਦਾ ਅੰਤ ਨਹੀਂ ਲੈ ਸਕਦੇ। ਸੋ ਪਿਆਰਿਓ, ਅੱਜ ਜਪਜੀ ਸਾਹਿਬ ਜੀ ਦੀ ਕਥਾ ਦੀ ਸਮਾਪਤੀ ਆ। ਸਤਿਗੁਰਾਂ ਨੇ ਬੜੀ ਕਿਰਪਾ ਕੀਤੀ, ਬਹੁਤ ਕਿਰਪਾ ਮਹਾਂਪੁਰਖਾਂ ਨੇ, ਜੋ ਆਪ ਹੀ ਉਹਨਾਂ ਨੇ ਸਿਰ ਤੇ ਮੇਰਾ ਭਰਿਆ ਹੱਥ ਰੱਖ ਕੇ ਇਹ ਕਥਾ ਆਪ ਕਰਵਾਈ ਹੈ ਜੀ। ਕਿਉਂਕਿ ਮੇਰੇ ਵਿੱਚ ਕੋਈ ਤਾਕਤ ਨਹੀਂ ਕਿ ਮੈਂ ਇੱਕ ਸਤਿਗੁਰਾਂ ਦੇ ਉਚਾਰਨ ਕੀਤੇ ਹੋਏ ਇੱਕ ਸ਼ਬਦ ਦਾ, ਇੱਕ ਅੱਖਰ ਦਾ ਵੀ ਅਰਥ ਕਰ ਸਕਾਂ। ਇਹ ਤੇ ਸਤਿਗੁਰੂ ਆਪ ਉਹ ਆਪੋ ਬੋਲ ਨਾ ਜਾਣਦਾ, ਮੈਂ ਕਿਹਾ ਸਭ ਹੁਕਮ ਆਓ ਜੀ, ਇਹ ਤੇ ਉਹ ਆਪ ਹੀ ਕਰਾ ਸਕਦੀ ਆ, ਆਪਣੇ ਅੰਦਰ ਕੋਈ ਤਾਕਤ ਨਹੀਂ। ਤੂੰ ਸੁਲਤਾਨ ਕਹਾ ਹੋ ਮੀਆ, ਤੇਰੀ ਕਵਨ ਵਡਾਈ ਜੋ ਤੂੰ ਦੇਹ, ਸੋ ਕਹਾ ਸੁਆਮੀ ਮੈਂ ਮੂਰਖ ਕਹਿਣ ਨਾ ਜਾਈ। ਗੁਰਬਾਣੀ ਦੇ ਲੜ ਲੱਗੀਏ ਜੀ, ਉਹ ਪਿਆਰਿਆਂ ਦੀ ਸੰਗਤ ਕਰੀਏ ਜਿਹੜੇ ਆਪ ਜੁੜੇ ਹੋਏ ਆ, ਕਿਉਂਕਿ ਸਮਾਪਤੀ ਵਾਲੀ ਤੋਂ ਕਿਹੜੀ ਆ, ਜਿਨੀ ਨਾਮ ਤੇ ਆਇਆ ਗੈਮ ਸਕਤ ਕਾਲ, ਨਾਨਕ ਤੇ ਮੁਕੁਜਲੇ ਕੇਤੀ ਛੁੱਟੀ ਨਾਲ, ਉਹਨਾਂ ਦੀ ਸੰਗਤ ਕਰੀਏ ਜਿਹੜੇ ਆਪ ਜੁੜੇ ਹੋਏ ਆ, ਤੇ ਉਹਨਾਂ ਦੇ ਕਹਿਣੇ ਵਿੱਚ ਵੀ ਚੱਲੀਏ ਬਈ, ਤੇ ਫਿਰ ਇੱਕ ਦਿਨ ਉਹ ਵੀ ਦਿਨ ਆਊਗਾ ਕੇਤੀ ਛੁੱਟੀ ਨਾਲ ਵਾਲਾ, ਉਹ ਤੇ ਛੁੱਟੇ ਹੁੰਦੇ ਪਿਆਰੇ, ਇੱਕ ਦਿਨ ਆਪਾਂ ਵੀ ਉਹਨਾਂ ਦੇ ਕਹਿਣੇ ਵਿੱਚ ਉਹਨਾਂ ਦੇ ਮਗਰ ਤੁਰ ਤੁਰ ਕੇ ਆਪਾਂ ਵੀ ਛੁੱਟ ਜਾਵਾਂਗੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸੋ ਪਿਆਰੇ, ਹੁਣ ਇੱਥੇ ਹੀ ਸਮਾਪਤੀ, ਆਪ ਵੀ ਸੰਗਤਾਂ ਨੇ ਬੜਾ ਪਿਆਰ ਬਖਸ਼ਿਸ਼ ਕੀਤਾ, ਸਾਰੀਆਂ ਸੰਗਤਾਂ ਦਾ ਧੰਨਵਾਦ, ਬਾਬਾ ਜੀ ਦਾ ਧੰਨਵਾਦ ਜਿਹਨਾਂ ਦੇ ਚਰਨਾਂ ਵਿੱਚ ਰਹਿ ਕੇ ਇਹ ਦਾਸ ਨੂੰ ਸੁਮਤ ਮਿਲੀ ਆ, ਤੇ ਕੋਟਾਨਕੋਟ ਧੰਨਵਾਦ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਜਿਨ੍ਹਾਂ ਨੇ ਇਹ ਅਪਾਰ ਗੂੜ ਗੁਰਬਾਣੀ ਦੇ ਅਰਥ ਆਪ ਹੀ ਕਰਵਾ ਲਏ। ਆਓ ਹੁਣ ਫਤਿਹ ਦੀ ਸਾਂਝ ਪਾਈਏ, ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਸਤਿਗੁਰੂ ਕਿਰਪਾ ਕਰਨ, ਅੱਗੇ ਤੋਂ ਸਮਤ ਸੋਝੀ ਬਖਸ਼ਿਸ਼ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।